ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਘਰੋਂ ਖੜਿਆ ਕੇ ਚੈਨ ਟੁੱਟ ਗਈ ਮੋਟਰਸਾਈਕਲ ਦੀ। ਮੇਰਾ ਬ੍ਰਦਰ ਇਸ ਤਰ੍ਹਾਂ ਰਾਹ ਚ ਰਸਤੇ ਚ, ਤੇ ਆਪਾਂ ਲੈ ਆਈਏ ਉਹਨੂੰ, ਤੇ ਉਹ ਲੈਣ ਗਏ ਤੇ ਰਾਹ ਚ ਗਏ ਵੀ ਨਹੀਂ ਆ, ਜਿੱਧਰ ਉਹਦੀ ਚੈਨ ਟੁੱਟੀ ਉਧਰ ਤੇ ਗਏ ਹੀ ਨਹੀਂ। ਇਹਨਾਂ ਖੜਿਆ ਬੈਡਵਾਲ ਨੂੰ ਤੇ ਉੱਥੇ ਰਾਹ ਦੇ ਵਿੱਚ ਹੀ ਸਾਜਿਸ਼ ਨਾਲ ਉਹਨੂੰ ਕੱਖ ਵੀ ਨਹੀਂ ਹੋਇਆ, ਟੱਚ ਵੀ ਨਹੀਂ ਹੋਇਆ, ਤੇ ਇਹਨੂੰ ਵੱਢਿਆ ਗਿਆ। ਕਿਰਪਾਨਾਂ ਦਾਤਰ ਕਿਰਚਾਂ ਵੱਜੀਆਂ। ਘਰੋਂ ਖੜਿਆ ਕੇ ਚੈਨ ਟੁੱਟ ਗਈ ਮੋਟਰਸਾਈਕਲ ਦੀ। ਮੇਰਾ ਬ੍ਰਦਰ ਇਸ ਤਰ੍ਹਾਂ ਰਾਹ ਚ ਰਸਤੇ ਚ, ਤੇ ਆਪਾਂ ਲੈ ਆਈਏ ਉਹਨੂੰ, ਤੇ ਉਹ ਲੈਣ ਗਏ ਤੇ ਰਾਹ ਚ ਗਏ ਵੀ ਨਹੀਂ ਆ, ਜਿੱਧਰ ਉਹਦੀ ਚੈਨ ਟੁੱਟੀ ਉਧਰ ਤੇ ਗਏ ਹੀ ਨਹੀਂ। ਇਹਨਾਂ ਖੜਿਆ ਬੈਡਵਾਲ ਨੂੰ ਤੇ ਉੱਥੇ ਰਾਹ ਦੇ ਵਿੱਚ ਹੀ ਸਾਜਿਸ਼ ਨਾਲ ਉਹਨੂੰ ਕੱਖ ਵੀ ਨਹੀਂ ਹੋਇਆ, ਟੱਚ ਵੀ ਨਹੀਂ ਹੋਇਆ, ਤੇ ਇਹਨੂੰ ਵੱਢਿਆ ਗਿਆ। ਕਿਰਪਾਨਾਂ ਦਾਤਰ ਕਿਰਚਾਂ ਵੱਜੀਆਂ ਤੇ ਥਾਨੋ ਮਾਰਤਾ। ਦੁਬਾਰੇ ਫਿਰ ਚੈੱਕ ਕਰਨ ਆਏ ਆ, ਸਾਡੇ ਨਾਲ ਇਨਸਾਫ਼ ਹੋਣਾ ਚਾਹੀਦਾ ਵਾ, ਬੰਦੇ ਫੜੇ ਜਾਣੇ ਚਾਹੀਦੇ ਆ। ਅਸੀਂ ਕਾਰਨ ਕੀ ਰਿਹਾ ਮਾਰਨ ਦਾ? ਮਾਰਨ ਦਾ ਕਾਰਨ ਸਾਨੂੰ ਗੱਲ ਕਰਦਾ, ਹਰ ਕੋਈ ਗੱਲ ਬਾਤ ਇਹਦੇ ਨਾਲ ਸ਼ੇਅਰ ਕਰਦਾ। ਚੰਗੇ ਭਲੇ ਕੋਈ ਹਾਲੇ ਕੱਲ ਵੀ ਆਪਣੇ ਸਹੁਰੇ ਤੋਂ ਆਇਆ ਤੇ ਸ਼ਾਮੀ 7 ਵਜੇ ਦੀ ਗੱਲ, ਕੋਈ ਕਾਫੀ ਹਨੇਰਾ ਵੀ ਨੀ, 7 ਵਜੇ ਨਾਲ ਚਾਂਸ ਹੋ ਗਿਆ, ਆਪਣਾ ਮੋਟਰਸਾਈਕਲ ਇੱਥੇ ਲਾ ਗਿਆ, ਇਹਦੇ ਆਲਾ ਖੜਿਆ। ਚੈਨਾਂ ਚੂਨਾ ਵਗੈਰਾ ਜੋ ਵੀ ਉਹਦੇ ਕੋਲ ਹੀ, ਪੈਸੇ ਟਕਾ ਵੀ ਨੱਤੀਆਂ ਤੱਕ ਅਸੀਂ ਲਾ ਕੇ ਲਿਆਏ ਆ। ਸਾਨੂੰ ਇਹ ਸ਼ੱਕ ਵਧਾਏ ਜਿਹੜੇ ਇਹਦਾ ਯਾਰ ਆ ਉਹਨਾਂ ਤੇ ਸ਼ੱਕ ਜੇ ਸਾਨੂੰ, ਉਹਨੇ ਮਰਵਾਇਆ? ਹਾਂ ਉਹਨੇ ਮਰਵਾਇਆ, ਮੁਲਾਜੇ ਤੇ ਖੜਿਆ ਜੇ ਤੇ ਕੋਈ ਕਾਰਵਾਈ ਨੀ, ਠੰਡੇ ਘਰਾਟੀਏ ਬੈਠੇ ਜੇ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਮੀਡੀਆ ਤੋਂ, ਪੁਲਿਸ ਤੋਂ ਇਹ ਕਰਦੇ ਆ ਕਿ ਕਾਤਲ ਸਾਨੂੰ ਲੱਭਣੇ ਚਾਹੀਦੇ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ, ਅਸੀਂ ਉੱਜੜੇ ਉਹ ਵੀ ਉੱਜੜਨ। ਘਰੋਂ ਪਹਿਲਾਂ ਬੈਡ ਸੋਫੇ ਕਰਵਾ ਕੇ ਅਲਮਾਰੀ ਰਖਵਾ ਕੇ ਤੇ ਫਿਰ ਗਏ ਆ ਕਮਰੇ ਚ। ਜੋਗਾ ਘਰ ਆਇਆ ਉਹਨੇ ਕੀ ਕਿਹਾ? ਉਹਨਾਂ ਮੈਨੂੰ ਨੀ ਬਾਕੀ ਪਤਾ, ਮੰਮੀ ਨੂੰ ਕਹਿੰਦੇ ਕਿ ਮੈਂ ਆਉਣਾ ਵਾ ਉਹਨਾਂ ਦੇ ਭਰਾ ਨੂੰ ਲੈਣ ਜਾਣਾ ਵਾ। ਉੱਥੇ ਜਾ ਕੇ ਫਿਰ ਕੀ ਹੋਇਆ? ਉੱਥੇ ਜਾ ਕੇ ਮੈਨੂੰ ਨਹੀਂ ਕੁਝ ਪਤਾ। ਤੇ ਤੁਹਾਨੂੰ ਕੀ ਜਾਣਕਾਰੀ ਮਿਲੀ ਫਿਰ ਉਸ ਤੋਂ ਬਾਅਦ? ਕਹਿੰਦੇ ਮੈਂ 5 ਮਿੰਟ ਵਿੱਚ ਆਇਆ ਜੇ, ਨਹੀਂ ਆਇਆ। ਕਿਸੇ ਤਰ੍ਹਾਂ ਦੀ ਤੁਹਾਡਾ ਕੋਈ ਗੱਲਬਾਤ ਹੋਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਦਬਾਅ ਜਾਂ ਕੋਈ ਕੁਝ ਨਹੀਂ? ਕੋਈ ਜੋਗੇ ਨਾਲ ਕੋਈ ਰੰਜਿਸ਼ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਤੁਹਾਡੇ ਨਾਲ? ਕੁਝ ਨਹੀਂ, ਇਸ ਬਾਰੇ ਮੈਂ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੀ। ਕਿੰਨੇ ਵਜੇ ਦਾ ਵਾਕਿਆ ਵਾ ਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਬੀਤੀ ਰਾਤ ਅਪਰੋਕਸੀਮੇਟਲੀ 11:30 ਵਜੇ ਮੈਨੂੰ ਸੂਚਨਾ ਪ੍ਰਾਪਤ ਹੋਈ ਕਿ ਦੋ
ਲੜਕੇ ਸੀਗੇ ਜੀ, ਜਿਨ੍ਹਾਂ ਵਿੱਚ ਅਜੇਪਾਲ ਸਿੰਘ ਪਿੰਡ ਵਣੀਏਕੇ ਅਤੇ ਇੱਕ ਉਹਦਾ ਦੋਸਤ ਸੀਗਾ ਜੁਗਰਾਜ ਸਿੰਘ ਪਿੰਡ ਵਣੀਏਕੇ। ਇਹ ਮੋਟਰਸਾਈਕਲ 'ਤੇ ਪਿੰਡ ਪੱਧਰੀ ਵੱਲੋਂ ਆਪਦੇ ਪਿੰਡ ਨੂੰ ਆ ਰਹੇ ਸੀਗੇ। ਜਦੋਂ ਪਿੰਡ ਪੱਧਰੀ ਨੂੰ ਉਹਨਾਂ ਨੇ ਕ੍ਰੋਸ ਕਰਿਆ, ਬੈੜਵਾਲ ਪਿੰਡ ਤੋਂ ਪਿਛਲੇ ਪਾਸੇ ਇਹਨਾਂ ਨੂੰ ਚਾਰ ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਅਤੇ ਘੇਰਨ ਉਪਰੰਤ ਇਹਦਾ ਜਿਹੜਾ ਅਜੇਪਾਲ ਸਿੰਘ ਸੀ ਇਹਨੂੰ ਗੰਭੀਰ ਸੱਟਾਂ ਲਾ ਦਿੱਤੀਆਂ, ਇਹਦਾ ਮੋਟਰਸਾਈਕਲ ਅਤੇ ਇੱਕ ਇਹਦਾ ਮੋਬਾਈਲ ਫੋਨ ਉਹ ਖੋਹ ਕੇ ਲੈ ਗਏ ਅਤੇ ਜੁਗਰਾਜ ਸਿੰਘ ਦੇ ਵੀ ਜਿਹੜੀਆਂ ਸੱਟਾਂ ਵੱਜੀਆਂ ਪਰ ਘੱਟ ਆ। ਇਹਦੇ ਵਾਰਸਾਂ ਨੇ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਅਜੇਪਾਲ ਸਿੰਘ ਨੂੰ ਲਿਜਾਇਆ ਜਿੱਥੇ ਉਹਦੀ ਡੈਥ ਹੋ ਗਈ ਅਤੇ ਜੁਗਰਾਜ ਸਿੰਘ ਨੂੰ ਦੇ ਵਾਰਸਾਂ ਨੇ ਹਰਤੇਜ ਹੋਸਪਿਟਲ ਅੰਮ੍ਰਿਤਸਰ ਦਾਖਲ ਕਰਵਾਇਆ। ਅਸੀਂ ਇਹਦਾ ਪਰਚਾ ਮੁਕੱਦਮਾ ਨੰਬਰ 28 ਡੇਟਡ 19-20 ਅੰਡਰ ਸੈਕਸ਼ਨ 302 394 34 IPC ਥਾਣਾ ਲੋਕੋ ਕੇ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਇਸ ਤਫਤੀਸ਼ ਦੇ ਸੰਬੰਧ ਵਿੱਚ ਸਾਡੇ ਮਾਣਯੋਗ SP ਇਨਵੈਸਟੀਗੇਸ਼ਨ, SP PBI, DSP D, DSP ਅਟਾਰੀ ਉਹ ਖੁਦ ਵੀ ਮੌਕਾ 'ਤੇ ਆਏ ਨੇ, ਉਹ ਖੁਦ ਮੋਨੀਟਰ ਕਰ ਰਹੇ ਨੇ ਸਾਰੇ ਇਨਵੈਸਟੀਗੇਸ਼ਨ ਨੂੰ। ਉਹਨੇ ਜਿਸ ਤਰ੍ਹਾਂ ਡਾਇਰੈਕਸ਼ਨਾਂ ਦਿੱਤੀ ਉਸ ਤਰ੍ਹਾਂ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ, ਪਰਿਵਾਰ ਦਾ ਜਿਹੜੀ ਸ਼ੰਕਾ ਵਾ ਉਹ ਇਸ ਲੜਕੇ 'ਤੇ ਆ ਵੀ ਇਹਨੇ ਮਰਵਾਇਆ ਵਾ, ਇਹ ਘਰੋਂ ਲੈ ਕੇ ਗਿਆ ਵਾ। ਦਿਸ ਇਜ਼ ਏ ਪਾਰਟ ਆਫ ਇਨਵੈਸਟੀਗੇਸ਼ਨ, ਇਨਵੈਸਟੀਗੇਟ ਕਰਾਂਗੇ, ਜੋ ਵੀ ਫੈਕਟ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕਰਾਂਗੇ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 66 7000।